ਲੈ ਬੰਦਾ ਆਪਣੇ ਕੋਲ ਬੈਠਾ ਬਾਈ ਗੁਰਜੀਤ ਗੁਰਜੀਤ ਸਿੰਘ ਹਾਂ ਗੁਰਜੀਤ ਸਿੰਘ ਤੇ ਗੁਰਜੀਤ ਪਾਉਂਦਾ ਘੋੜਿਆਂ ਨੂੰ ਚਾਲਾਂ ਤੇ ਅੱਜ ਆਪਾਂ ਇਹਨੂੰ ਚਾਲ ਪਾਉਂਦੇ ਆ ਇਹ ਤੋਂ ਪੁੱਛਦੇ ਆ ਗੱਲਬਾਤ ਚਾਚੇ ਹੁਣੀ ਮਗਰ ਕਰੜੇ ਕਰਕੇ ਮੈਂ ਬਾਤੇ ਆ ਸੋਟੀ ਸਾਟੀ ਦੇ ਕੇ ਵੀ ਜੇ ਕੋਈ ਝੂਠ ਝਾਠ ਮਾਰਿਆ ਇਹਨੇ ਕੋਈ ਗਲਤ ਜਾਣਕਾਰੀ ਦਿੱਤੀ ਤੇ ਫਿਰ ਚਾਚੇ ਨੂੰ ਮਗਰੋਂ ਨਿਰਦੇਸ਼ ਆ ਵੀ ਸੋਟੀ ਮਾਰੀ ਇਹਦੇ ਹੁਣ ਆਪਾਂ ਪੁੱਛਦੇ ਹਾਂ ਵੀ ਬਾਈ ਬਾਈ ਗੱਲ ਹੈਗੀ ਆ ਘੋੜਾ ਹਰੇਕ ਹੀ ਰੇਵਗਾ ਚਾਲ ਚੱਲ ਪੈਂਦਾ ਕਿ ਘੋੜੇ 'ਚ ਵੀ ਨਸਲ ਹੁੰਦੀ ਆ ਕਿ ਬਾਈ ਆਹ ਹੀ ਚੱਲੂਗਾ ਘੋੜੇ 'ਚ ਜ਼ਿਆਦਾਤਰ ਨਸਲ ਸਿੰਧ ਦੇ ਘੋੜੇ ਸਭ ਤੋਂ ਵਧੀਆ ਤੁਰਦੇ ਆ ਜੀ ਰੇਵੀਆ ਹਾਂਜੀ ਉਸ ਤੋਂ ਦੂਜਾ ਨੰਬਰ 'ਤੇ ਜੀ ਮੱਝੂਕਾ ਲੈਣ ਆਪਣੇ ਹਾਂਜੀ ਜਿਹੜੀ ਸ਼ੁੱਧ ਪੰਜਾਬੀ ਬਰੀਡ ਆ ਹਾਂਜੀ ਸਭ ਤੋਂ ਵਧੀਆ ਚੱਲਦੇ ਜੀ ਅਤੇ ਜਿਵੇਂ ਮੰਨ ਲਓ ਜਿਹੜੇ ਕਾਠਿਆਵਾੜੀ ਘੋੜੇ ਹੁੰਦੇ ਆ ਕਾਠਿਆਵਾੜੀ ਵੀ ਬਹੁਤ ਚੰਗਾ ਤੁਰਦੇ ਬਹੁਤ ਚੰਗਾ ਜੀ ਬਹੁਤ ਵਧੀਆ ਤੁਰਦੇ ਆ ਹਾਂਜੀ ਹਾਂਜੀ ਮਾਰਵਾੜੀ ਘੱਟ ਤੁਰਦੇ ਆ ਮਾਰਵਾੜੀ ਚੰਗੇ ਤੁਰ ਜਾਂਦੇ ਜੀ ਮਿਹਨਤ ਦੇ ਸਿਰ 'ਤੇ ਮਿਹਨਤ ਕੀ ਮਿਹਨਤ ਕਰਨੀ ਪੈਂਦੀ ਹੈ ਸਿਖਾਉਣਾ ਕੀ ਪੈਂਦਾ ਦੱਸਣਾ ਕੀ ਪੈਂਦਾ ਉਹਨੂੰ ਉਹਨੂੰ ਸਭ ਤੋਂ ਪਹਿਲਾਂ ਕਦਮਬਾਜ਼ੀ ਸ਼ੁਰੂ ਜੀ ਕਦਮਬਾਜ਼ੀ ਤੋਂ ਬਾਅਦ ਛੋਟੀ ਚਾਲ ਫਿਰ ਵੱਡੀ ਉਹ ਤਾਂ ਤੂੰ ਕੇਰਾ ਹੀ ਨਿਬੇੜਤਾ ਨਾ ਗੱਲ ਕਦਮਬਾਜ਼ੀ ਉਹਨੂੰ ਸਿਖਾਉਣੀ ਕਿਵੇਂ ਉਹਨੂੰ ਦੱਸਣਾ ਕਿਵੇਂ ਆ ਵੀ ਭਾਈ ਤੂੰ ਹੁਣ ਕਦਮ ਚੱਲ ਕੀ ਕਹਿੰਦੇ ਕੀ ਆ ਤੁਸੀਂ ਉਹ ਕੀ ਇਸ਼ਾਰਾ ਦਿੰਦੇ ਉਹਨੂੰ ਥੋੜ੍ਹਾ ਜਿਹਾ ਰੋਕ ਕੇ ਰੱਖੀਦਾ ਜੀ ਹਲਕੇ ਹਲਕੇ ਕਦਮਾਂ ਤੋਂ ਸ਼ੁਰੂ ਹੋ ਕੇ ਫਿਰ ਉਸ ਤੋਂ ਬਾਅਦ ਟਿਕਦਾ ਉਸ ਤੋਂ ਬਾਅਦ ਛੋਟੀ ਚਾਲ ਆਪਾਂ ਸਟਾਰਟ ਕਰਦੇ ਹਾਂ ਬਈ ਮੂਹਰੋਂ ਕੰਡਿਆਲਾ ਮਾੜਾ ਜਿਹਾ ਖਿੱਚ ਕੇ ਥੋੜ੍ਹਾ ਜਿਹਾ ਅਤੇ ਮਗਰਲੇ ਪਾਸਿਓਂ ਪੂਰਾ ਕੁ ਹੱਕ ਕੇ ਵੀ ਉੱਥੇ ਉਹ ਛੋਟੀ ਚਾਲ ਕਦਮ ਦੇਣ ਲੱਗ ਜੂ ਕਦਮ ਦੇਣ ਲੱਗ ਜਾਂਦੇ ਅਤੇ ਜਦੋਂ ਪੂਰੇ ਸੁਰਤਾਲ 'ਚ ਕਦਮ ਦੇਣ ਲੱਗ ਗਿਆ ਜੀ ਉਦੇ ਆਪਾਂ ਉਹਨੂੰ ਅਗਲੀ ਚਾਲ 'ਚ ਪਾਵਾਂਗੇ ਹਾਂਜੀ ਮੁੱਢੋ ਨਹੀਂ ਆਪਾਂ ਅਗਰ ਉਹਨੂੰ ਅਗਲੀ ਚਾਲ 'ਚ ਪਾ ਸਕਦੇ ਜਿੰਨੀ ਜਲਦਬਾਜ਼ੀ ਕਰਾਂਗੇ ਉਨਾ ਹੀ ਕੰਮ ਜ਼ਿਆਦਾ ਵੱਧਦਾ ਜੀ ਉਹਨਾਂ ਨੁਕਸਾਨ ਉਹ ਸਾਰੀਆਂ ਚਾਲਾਂ ਭੁੱਲ ਜੂ ਹਾਂਜੀ ਹਾਂਜੀ ਅੱਛਾ ਇਹਨੂੰ ਪਹਿਲੀ ਚਾਲ ਹੋ ਗਈ ਇਹਨੂੰ ਕਦਮਬਾਜ਼ ਚਾਲ ਇਹਨੂੰ ਕਹਿ ਦਿੰਦੇ ਆ ਛਾ ਜਿਹਨੂੰ ਆਪਾਂ ਕਦਮ ਆਪਾਂ ਬਿਲਕੁਲ ਸਲੋ ਜਿਹਨੂੰ ਆਪਾਂ ਛੋਟੀ ਚਾਲ ਤੋਂ ਵੀ ਸਪੀਡ ਘੱਟ ਹੁੰਦੀ ਹੈ ਛੋਟੀ ਚਾਲ ਤੋਂ ਵੀ ਇਦੋਂ ਪਹਿਲਾਂ ਵਾਲਾ ਕੰਮ ਆ ਹਾਂਜੀ ਸਟਾਰਟਿੰਗ ਹੈ ਜੀ ਵੀ ਜਿਹਨੂੰ ਆਪਾਂ ਮਾੜਾ ਜਿਹਾ ਕੀ ਕਹਿ ਸਕਦੇ ਆ ਵੀ ਕੁੱਤੇ ਚਾਲ ਜੇ ਤੁਰਦਾ ਹਾਂਜੀ ਹਾਂ ਬਿਲਕੁਲ ਹੀ ਹਲਕੀ ਬਿਲਕੁਲ ਹੀ ਹਲਕੀ ਕਦਮ ਹਾਂਜੀ ਉਦੋਂ ਬਾਅਦ ਆ ਗਈ ਛੋਟੀ ਚਾਲ ਜੀ ਛੋਟੀ ਚਾਲ ਅੱਛਾ ਜੇ ਮੰਨ ਕੇ ਚੱਲੋ ਵੀ ਆਪਾਂ ਰੇਵਗੇ ਪਾਉਣਾ ਫਿਰ ਪਹਿਲਾਂ ਛੋਟੀ ਚਾਲ ਪਾਉਣੀ ਜ਼ਰੂਰ ਕੋਈ ਆ ਘੋੜੇ ਨੂੰ ਹਾਂਜੀ ਉਹਦੇ ਨਾਲ ਕੀ ਆ ਘੋੜਾ ਟਿਕ ਵਧੀਆ ਜਾਂਦਾ ਜੀ ਜੇ ਆਪਾਂ ਜਿੰਨੀ ਜਲਦਬਾਜ਼ੀ ਕਰਾਂਗੇ ਇੱਕ ਕਿੱਲੇ ਤੋਂ ਪਹਿਲਾਂ ਪੱਟਣਾ ਸ਼ੁਰੂ ਹੋ ਜਾਊਗਾ ਜੇ ਆਪਾਂ ਜਿੰਨੀ ਜਲਦਬਾਜ਼ੀ ਨਾਲ ਤੋਰਾਂਗੇ ਅੱਛਾ ਹਾਂਜੀ ਜੇਕਰ ਆਪਾਂ ਟਿਕਾਉਣਾ ਇਹਦੇ ਵਾਸਤੇ ਆਪਾਂ ਨੂੰ ਹੌਸਲੇ ਨਾਲ ਹੀ ਤੋਰਨਾ ਚਾਹੀਦਾ ਛੋਟੀ ਚਾਲ ਤੋਰੋ ਟਿਕਾ ਕੇ ਉਦੋਂ ਬਾਅਦ ਵੱਡੀ ਚਾਲ ਕਿੰਨੇ ਦਿਨ ਪਹਿਲਾਂ ਕਦਮ ਚਾਲ ਤੋਰਨਾ ਕਦਮ ਵਾਲੀ ਕਦਮ 5 ਕੁ ਦਿਨ ਵਧੀਆ ਟਿਕਾ ਕੇ ਉਸ ਤੋਂ ਬਾਅਦ ਘੋੜੀ ਦੀ ਅਲਕਤ ਮਰ ਜਾਂਦੀ ਹੈ ਜਦੋਂ ਟਿਕ ਜਾਵੇ ਉਸ ਤੋਂ ਬਾਅਦ ਫਿਰ ਛੋਟੀ ਚਾਲ ਜੀ ਫਿਰ ਛੋਟੀ ਚਾਲ ਤੋਰਨਾ ਹਾਂਜੀ ਫਿਰ ਉਹਨੂੰ ਕਿੰਨੇ ਦਿਨ ਛੋਟੀ ਚਾਲ 'ਤੇ ਪਕਾਉਣਾ ਘੱਟੋ ਘੱਟ ਜੀ ਹਫ਼ਤੇ ਤੋਂ 10 ਦਿਨ ਫਿਰ ਉਹਨੂੰ ਛੋਟੀ ਚਾਲ 'ਤੇ ਹਾਂਜੀ ਅਤੇ ਫਿਰ ਉਹਨੂੰ ਜਦੋਂ ਛੋਟੀ ਚਾਲ ਤੋਂ ਗਾਂ ਵੱਡੀ ਚਾਲ ਦੇਣੀ ਹੈ ਫਿਰ ਉੱਥੋਂ ਉਹਦਾ ਕਿੱਥੋਂ ਗੇਅਰ ਬਦਲਦੇ ਆ ਫਿਰ ਜੀ ਲਗਾਮ 'ਚ ਇਸ਼ਾਰੇ ਨਾਲ ਹੀ ਜਿੱਥੇ ਵੀ ਜਿਵੇਂ ਵੀ ਟਿਕਦਾ ਆਪਣੇ ਜਣੀ ਦਿਮਾਗ ਨਾਲ ਟਿਕਾ ਲਈਦਾ ਜੀ ਹਾਂਜੀ ਕੋਈ ਘੋੜਾ ਕਿੱਦਾਂ ਟਿਕਦਾ ਜੀ ਕੋਈ ਕਿੱਦਾਂ ਉਹ ਉੱਤੇ ਬੈਠੇ ਬੰਦੇ ਨੂੰ ਸਮਝ ਆਉਣੀ ਆ ਵੀ ਭਾਈ ਇਹ ਕਿੱਥੋਂ ਟਿਕੂਗਾ ਕਿੱਥੇ ਕੁ ਵਧੀਆ ਤੁਰਦਾ ਕਿੱਥੇ ਕੁ ਕੰਡਿਆਲਾ ਰੱਖ ਕੇ ਤੁਰਦਾ ਕਿੱਥੇ ਕੁ ਬੈਠੇ ਤੋਂ ਤੁਰਦਾ ਹਾਂਜੀ ਤੇ ਇੱਕ ਜਦੋਂ ਤੁਸੀਂ ਰੇਵਗਾ ਤੋਰਦੇ ਹੁੰਦੇ ਆ ਹਾਂਜੀ ਤੇ ਤੁਸੀਂ ਮਗਰ ਨੂੰ ਲਿਟ ਜੇ ਜਾਂਦੇ ਹੁੰਦੇ ਉਹਦਾ ਕੀ ਚੱਕਰ ਹੁੰਦਾ ਉਹ ਆਪੋ ਆਪ ਦਾ ਹਿਸਾਬ ਹੁੰਦਾ ਪਰ ਆਪਾਂ ਨਹੀਂ ਕਦੀ ਇੱਦਾਂ ਕੀਤਾ ਹਾਂਜੀ ਔਖਾ ਲੱਗਦਾ ਜੀ ਉੱਦਾਂ ਥੋੜ੍ਹਾ ਜਿਹਾ ਜਿੰਨਾ ਪਿੱਛੇ ਹੋ ਕੇ ਬੈਠੀਏ ਘੋੜਾ ਸੌਖਾ ਚੱਲਦਾ ਜੀ ਅੱਗੋਂ ਦੱਬਦਾ ਨਹੀਂ ਗਾ ਅਗਲੇ ਬਾਹੂਆਂ ਨੂੰ ਸੋਝ ਨਹੀਂ ਆਉਂਦੀ ਜੀ ਕਾਫੀ ਮੁਸ਼ਕਲਾਂ ਜਿਹੜੀਆਂ ਜਿੰਨਾ ਆਪਾਂ ਅੱਗੇ ਬੈਠ ਕੇ ਤੋਰਾਂਗੇ ਘੋੜਾ ਦਬਣ ਲੱਗ ਜਾਂਦਾ ਜੀ ਮੁੱਠੇ ਵੀ ਸੁੱਜਦੇ ਆ ਹੋਰ ਕਾਫੀ ਸਰੀਰ ਤੇ ਫਰਕ ਪੈਂਦਾ ਜੀ ਅੱਛਾ ਜੇ ਮਤਲਬ ਵੀ ਜਿਹੜਾ ਉਹ ਪਿੱਛੇ ਨੂੰ ਹਟਣ ਦਾ ਮਤਲਬ ਇਹੀ ਹੁੰਦਾ ਵੀ ਉਹਦੇ ਪਿਛਲੇ ਪੁੱਠੇ ਤੇ ਭਾਰ ਰਵੇ ਮੂਹਰੋਂ ਮਾੜਾ ਜਿਹਾ ਗਾਸਿਆ ਰਹੇ ਹਾਂਜੀ 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 ਵੀ ਉਹ ਤਾਂ ਕਰਕੇ ਫਿਰ ਪੂਰਾ ਵੱਧਦਾ ਹਾਂਜੀ ਤਾਂ ਹੀ ਤੁਸੀਂ ਉਹ ਮੂਹਰੇ ਇੱਕ ਬੈਲਟ ਦੇ ਵਿੱਚ ਸਰਾਣੇ ਜੇ ਬੰਨ ਲੈਂਦੇ ਵੀ ਬੰਦਾ ਗਾਂ ਨੂੰ ਖਿਸਕੇ ਨਾ ਹਾਂਜੀ ਹਾਂਜੀ ਆਪਣਾ ਬੈਲੈਂਸ ਹੀ ਪਿੱਛੇ ਹੋਣਾ ਚਾਹੀਦਾ ਮਾੜਾ ਮੋਟਾ 10% ਪਿੱਛੇ ਹੀ ਹੋਣਾ ਚਾਹੀਦਾ ਜਿਹੜੀ ਉਹਦੀ ਜਮਾਂ ਉਹਦੀ ਪਿੱਠ ਆ ਆਪਾਂ ਕਹਿ ਸਕਦੇ ਮਗਰਲੇ ਪੈਰ ਆ ਉਹਨਾਂ ਤੇ ਭਾਰ ਰਵੇ ਹਾਂਜੀ ਹਾਂਜੀ ਘੋੜੇ ਦਾ ਜ਼ਿਆਦਾਤਰ ਜੀ ਫਿਰ ਸਹੀ ਆ ਚਾਚਾ ਇਹ ਸਹੀ ਗੱਲਾਂ ਕਹਿੰਦਾ ਚਾਚਾ ਕਹਿੰਦਾ ਸੈਂਟਰ 'ਚ ਭਾਰ ਚਾਹੀਦਾ ਉਹੀ ਨਾ ਜੇਕਰ ਆਪਾਂ ਜ਼ਿਆਦਾ ਝੁਕਾਂਗੇ ਫਿਰ ਜ਼ਿਆਦਾ ਪਿੱਛੇ ਆ ਜੇਕਰ ਆਪਾਂ ਸਿੱਧੇ ਬੈਠਾਂਗੇ ਫਿਰ ਹਾਂਜੀ ਨੋਰਮਲ ਥੋੜ੍ਹਾ ਜਿਹਾ ਪਿੱਛੇ ਬੈਠੋ ਜੀ ਵੀ ਜਿਹੜੇ ਜਗ੍ਹਾ 'ਤੇ ਆਪਾਂ ਆਮ ਸੀਟ ਪਾ ਕੇ ਬੈਠ ਜਾਂਦੇ ਹਾਂ ਉਦੋਂ ਥੋੜ੍ਹਾ ਜਿਹਾ ਪਿੱਛੇ ਬੈਠੋ ਜੀ ਪਿੱਛੇ ਬੈਠੋ ਹਾਂਜੀ ਘੋੜਾ ਵੀ ਖੁੱਲ੍ਹ ਕੇ ਚੱਲਦਾ ਸਵਾਰ ਨੂੰ ਵੀ ਨਹੀਂ ਦਿੱਕਤ ਆਉਂਦੀ ਜੀ ਹਾਂਜੀ ਅਤੇ ਜਿਹੜਾ ਅੱਜ ਕੱਲ੍ਹ ਨਾ ਦੋ ਤਰ੍ਹਾਂ ਦੀ ਬਾਈ ਚਾਲ ਦਾ ਟ੍ਰੈਂਡ ਆ ਜੀ ਕੁਛ ਲੋਕ ਤਾਂ ਇਹ ਸੋਚਦੇ ਆ ਵੀ ਮੈਂ ਘੋੜੇ 'ਤੇ ਬੈਠਾਂ ਅਤੇ ਘੋੜੇ 'ਤੇ ਬੈਠੇ ਦਾ ਮੈਨੂੰ ਪਤਾ ਹੀ ਨਾ ਲੱਗੇ ਹਾਂਜੀ
ਉਹਨੂੰ ਕਹਿ ਦਿੰਦੇ ਰੇਵਿਕਾ ਜਿਹੜੀ ਬਈ ਜਿਹੜੇ ਚ ਜਮਾ ਹੀ ਬੁੜਕਦਾ ਨੀ ਬੰਦਾ। ਇੱਕ ਚਾਲ ਦਾ ਹੁਣ ਇਹ ਵੀ ਲੋਕ ਕਹਿਣ ਲੱਗ ਗਏ ਵੀ ਜਿਵੇਂ ਹੁਣ ਮੇਰੇ ਵਰਗਾ ਬੰਦਾ ਢਿੱਡ ਵਾਲਾ ਉਹ 20 ਕਿਲੋਮੀਟਰ ਘੋੜੇ ਤੇ ਜਾਇਆ ਆ, ਉਹਨੂੰ ਕੋਈ ਫਰਕ ਹੀ ਨਹੀਂ ਪੈਣਾ ਜਿਹੜਾ ਪਾਣੀ ਵਾਲਾ ਘੋੜਾ, ਉਹਨੇ ਤਾਂ ਫਿਰ ਉਹਨੂੰ ਕੋਈ ਐਕਸਰਸਾਈਜ਼ ਹੀ ਨਹੀਂ ਦੇਣੀ। ਹੁਣ ਅੱਜ ਕੱਲ੍ਹ ਲੋਕ ਕਹਿੰਦੇ ਆ ਵੀ ਘੋੜਾ ਬੜਕਾਵੇ ਟਰੋਟ ਚੱਲੇ, ਹਾਂ ਉਹ ਟਰੋਟ ਮੈਂ ਇੱਥੇ ਹੀ ਆਉਣ ਲੱਗਿਆ ਸੀ, ਉਹ ਟਰੋਟ ਹੁੰਦੀ ਆ, ਉਹ ਚਾਲ ਹੋਰ ਹੁੰਦੀ ਆ ਤੇਰੇ ਆਪਣੇ, ਚਲੋ ਉਹ ਅੰਗਰੇਜ਼ੀ ਵਾਲੇ ਤਾਂ ਟਰੋਟ ਕਹਿੰਦੇ ਤੁਸੀਂ ਕੀ ਕਹਿੰਦੇ, ਉਹਨੂੰ ਦੁੜਕੀ ਵੀ ਕਹਿ ਦਿੰਦੇ ਟਰੋਟ ਵੀ, ਬਾਕੀ ਉਹ ਵਧੀਆ ਜਿਹੜੇ ਬੰਦੇ ਨੇ ਫਿੱਟ ਰਹੇ ਨਾ ਤਾਂ ਉਹਨੂੰ ਮਾੜੀ ਮੋਟੀ ਟਰੋਟ ਜ਼ਰੂਰੀ ਹੈ। ਅਤੇ ਉਹ ਟਰੋਟ ਸਪੈਸ਼ਲ ਪਾਉਣੀ ਪੈਂਦੀ? ਹਾਂਜੀ ਪਾਉਂਦੇ ਜੀ, ਚੰਗੇ ਚੰਗੇ ਬੰਦੇ ਜਿਹੜੇ ਮਿਹਨਤ ਐਕਸਰਸਾਈਜ਼ ਜ਼ਿਆਦਾ ਕਰਦੇ ਆ ਉਹ ਤਰਾਉਂਦੇ ਹੀ ਟਰੋਟ ਆ ਜੀ, ਉਹ ਤਰਾਉਂਦੇ ਟਰੋਟ ਆ। ਹਾਂਜੀ ਉਹ ਦੂਜੂ ਨਹੀਂ ਤਰਾਉਂਦੇ ਨਾ ਜੀ। ਅਤੇ ਜਿਹੜਾ ਰੇਵਗੇ ਵਾਲਾ ਘੋੜਾ, ਹਾਂਜੀ ਜੇ ਉਹਦੇ 'ਚ ਟਰੋਟ ਵੀ ਪਾ ਲਏ ਦੋਨੇ ਪੈ ਜਾਣਗੀਆਂ? ਪੈ ਤਾਂ ਜਾਂਦੀਆਂ ਪਰ ਉਹ ਫਿਰ ਚਾਲ ਦੇ ਕੰਮ ਦਾ ਰਹਿ ਨਹੀਂ ਜਾਂਦਾ ਜੀ ਰੇਵੀਆ ਦਾ। ਅੱਛਾ ਉਹਨੂੰ ਪੂਰਾ ਪਤਾ ਨਹੀਂ ਲੱਗਦਾ? ਹਾਂਜੀ ਫਿਰ ਘੋੜਾ ਟਰੋਟ ਦੇ ਵਿੱਚ ਸੌਖਾ ਰਹਿੰਦਾ ਅਤੇ ਉਹਦੇ ਕਰਕੇ ਫਿਰ ਘੋੜਾ ਪਸੰਦ ਟਰੋਟ ਨੂੰ ਹੀ ਕਰੂਗਾ ਜੀ। ਅੱਛਾ ਉਹ ਘੋੜਾ ਟਰੋਟ ਨੂੰ ਪਸੰਦ ਕਰੂਗਾ ਕਿ ਮੈਂ ਟਰੋਟ ਹੀ ਤੁਰਾਂ? ਹਾਂਜੀ ਰੇਵੀਏ 'ਚ ਤੰਗ ਹੁੰਦਾ? ਰੇਵੀਏ 'ਚ ਤੰਗ ਹੁੰਦਾ ਜੀ, ਥੋੜ੍ਹਾ ਜਿਹਾ ਫਰਕ ਹੈ ਜੀ, ਆਪੋ ਆਪਦਾ ਜਿਹੜਾ ਕੰਮ ਕਰਨ ਲੱਗੀ ਜੀ ਉਹੀ ਸੌਖਾ ਲੱਗਦਾ ਜੀ। ਜਿਹੜਾ ਜਿਹੜਾ ਘੋੜਾ ਜੇ ਆਪਾਂ ਜਿਹੜੇ ਲੌਂਗ ਲੰਬਾ ਚੱਲਦੇ ਆ ਕਈ 40-40, 50-50 ਕਿਲੋਮੀਟਰ ਦੀ ਮੈਰਾਥਨ ਕਰਦੇ ਆ, ਹਾਂਜੀ ਉਹ ਕਿਹੜੀ ਚਾਲ 'ਚ ਕਰਦੇ ਆ? ਉਹ ਟਰੋਟ ਹੀ। ਉਹ ਟਰੋਟ? ਹਾਂਜੀ ਉਹ 'ਚ ਸੌਖਾ ਰਹਿੰਦਾ? ਵਧੀਆ ਜੀ ਸੌਖਾ ਰਹਿੰਦਾ ਜੀ, ਮੈਂ ਆਪ ਫਾਈਨਲ ਕੀਤਾ ਹੋਇਆ ਪਟਿਆਲੇ 40 ਕਿਲੋਮੀਟਰ। ਤੁਸੀਂ ਆਪ? ਹਾਂਜੀ। ਕਿਹੜੇ ਘੋੜੇ 'ਤੇ ਕੀਤਾ? ਜੰਗੀ। ਜੰਗੀ ਘੋੜੇ 'ਤੇ? ਹਾਂਜੀ। ਹੁਣ ਤਾਂ ਕਿੰਨਿਆਂ ਘੋੜਿਆਂ ਨੂੰ ਚਾਲ ਪਾਤੀ ਹੁਣ ਤੱਕ ਜੀ? ਗਿਣਤੀ ਤਾਂ ਨਹੀਂ, 12-13 ਸਾਲ ਹੋ ਗਏ ਜੀ। ਮੇਨ ਸਾਰੇ ਬੰਦਿਆਂ ਦੇ ਘੋੜੇ ਤੋਰਦੇ ਜੀ, ਜਿੱਦਾਂ ਬਾਈ ਮਨੂ ਹੋ ਗਿਆ ਜੀ, ਜੀ ਸੰਦੀਪ ਮਨੂ ਸੇਖੋਂ, ਹਾਂਜੀ ਅੰਕਲ ਜਸਪਾਲ ਜੀ, ਖੋਨਣ ਵਾਲੇ ਅੰਕਲ ਨਾਰਕੇ ਜੀ, ਜੀ ਪਰਮਜੀਤ ਸਰਪੰਚ ਜੀ, ਜੀ ਇੰਸਪੈਕਟਰ ਇਕਬਾਲ ਸਿੰਘ ਸੰਧੂ ਜੀ, ਜੀ ਹਾਂਜੀ ਅਤੇ ਇੱਦਾਂ ਭਾਈ ਸਾਹਿਬ ਰਾਹੁਲ ਜੀ, ਲੰਗਾਹ ਸਾਹਿਬ ਜੀ, ਹਾਂਜੀ ਵੀ ਮਤਲਬ ਇਹ ਵੱਡੇ ਨਾਂ ਹੈ ਜਿਹਨਾਂ ਨੂੰ ਤੁਸੀਂ ਜਿਹਨਾਂ ਦੇ ਘੋੜਿਆਂ ਨੂੰ ਚਾਲ ਪਾਤੀ? ਹਾਂਜੀ ਹਾਂਜੀ ਤਕਰੀਬਨ ਆਪਣੇ ਆ ਸਾਰੇ ਮੁਕਤਸਰ ਜ਼ਿਲ੍ਹੇ ਦੇ ਵਿੱਚ ਤਾਂ ਜ਼ਿਆਦਾਤਰ ਮੈਂ ਹੀ। ਅਤੇ ਰੁਪਈਏ ਕਿੰਨੇ ਕੁ ਲੈ ਲੈਂਦੇ ਆ ਬਾਈ? ਹੁਣ ਬਾਈ 18,000 ਰੁਪਈਆ ਕੀਤਾ ਜੀ, ਪਹਿਲਾਂ 15,000 ਸੀ ਇਦੋਂ ਪਹਿਲਾਂ। ਅਤੇ 18,000  'ਚ ਜੇ ਬੰਦਾ ਕੋਈ 100 ਕਿਲੋਮੀਟਰ ਵਾਲਾ ਸੱਦ ਲਏ ਕੋਈ ਦਿੱਕਤ ਨਹੀਂ, ਫਿਰ ਉੱਥੇ ਰਹਿਣਾ ਪਊ? ਹਾਂਜੀ ਪੰਜਾਬ ਦੇ ਵਿੱਚ ਤਕਰੀਬਨ ਹੀ, ਇਦੋਂ ਪਹਿਲਾਂ ਹਰ ਜਗ੍ਹਾ ਜਾ ਕੇ ਆਏ, ਯੂਪੀ ਮਹਾਰਾਸ਼ਟਰ ਜੀ, ਕਰਨਾਟਕਾ ਜੀ, ਹਾਂਜੀ ਠੀਕ ਆ। ਅੱਛਾ ਜੇ ਮੈਂ ਕੋਈ ਡਿੱਕਾ ਨਹੀਂ ਗਾ ਵੀ ਤੈਨੂੰ ਜੇ ਫੋਨ ਕਰ ਦੇਵੇ ਤਾਂ ਤੂੰ ਦੂਰ ਨੇੜੇ ਵੀ ਉੱਠ ਜਾਏਗਾ? ਹਾਂਜੀ ਹਾਂਜੀ ਵੀ ਜਿਹੜੇ ਇੱਥੇ ਘੋੜੇ ਫੜੇ ਵੇ ਆ ਉਹਨਾਂ ਨੂੰ ਕਰਕੇ ਦੂਰ ਨੇੜੇ ਚਲੇ ਜਾਂਦੇ। ਲੈ ਵੀ ਬਾਈ ਗੁਰਜੀਤ ਘੋੜਿਆਂ ਨੂੰ ਪਾਉਂਦਾ ਚਾਲ, ਚੰਗੇ ਚੰਗੇ ਬੰਦਿਆਂ ਦੇ ਨਾਂ ਵੀ ਲਏ ਆ, ਮਨੂ ਸੇਖੋਂ ਹੁਣਾਂ ਦੇ ਘੋੜੇ ਵੀ ਬਹੁਤ ਚੰਗੇ, ਅੰਕਲ ਜਸਪਾਲ ਹੁਣਾਂ ਦੇ, ਤੁਸੀਂ ਉਹਨਾਂ ਤੋਂ ਵੈਰੀਫਾਈ ਵੀ ਕਰ ਸਕਦੇ ਆ, ਠੀਕ ਆ ਕਿ ਨਹੀਂ? ਅਤੇ ਬਾਈ ਹੁਣੀ ਚਾਲ ਪਾਉਂਦੇ ਇਹਨਾਂ ਦਾ ਨੰਬਰ ਵੀ ਦੇ ਦਿੰਦੇ ਹਾਂ ਅਤੇ ਨਾਲ ਦੀ ਨਾਲ ਆਪਾਂ ਜਿਹੜੇ ਫਾਰਮ 'ਤੇ ਬੈਠੇ ਹਾਂ, SP ਸਾਹਿਬ ਉਹਨਾਂ ਦੇ ਫਾਰਮ 'ਤੇ ਬੈਠੇ ਹਾਂ, ਤਾਂ ਇਹਨਾਂ ਦੇ ਫਾਰਮ 'ਤੇ ਘੋੜੀਆਂ ਕਾਫੀ ਬਕਾਊ ਆ, ਇਹ ਵਪਾਰ ਕਰਦੇ ਆ, ਇਹਨਾਂ ਦਾ ਵੀ ਨੰਬਰ ਦੇ ਦਿੰਦੇ ਹਾਂ, ਬਾਈ ਦੇ ਨੰਬਰ ਤੋਂ ਬਾਅਦ ਇਹਨਾਂ ਦਾ ਨੰਬਰ ਦੇ ਦਿੰਦੇ ਹਾਂ, ਜੇ ਤੁਹਾਨੂੰ ਕੋਈ ਘੋੜੀਆਂ ਚਾਹੀਦੀਆਂ ਹੋਈਆਂ ਤਾਂ ਤੁਸੀਂ ਫਿਰ ਵੀ ਸੰਪਰਕ ਕਰ ਲਿਓ SP ਸਾਹਿਬ ਹੋਣਾ ਨਾਲ, ਅਤੇ ਨਾਲ ਦੀ ਨਾਲ ਬਾਈ ਹੋਣਾ ਕੋਲ ਇੱਕ ਘੋੜਾ ਰਣੀਏ ਵਾਲੇ ਦਿਲਬਾਗ ਦਾ ਬੱਚਾ, ਹੈ ਨਾ ਬਾਈ, ਰਣੀਏ ਵਾਲੇ ਦਿਲਬਾਗ ਦਾ ਬੱਚਾ, ਅਤੇ 11,000 ਰੁਪਈਆ ਬਾਈ ਹੋਣਾ ਰੱਖੀ ਆ ਫੀਸ ਇਸ ਵਕਤ। ਤਕਰੀਬਨ ਆਪਾਂ ਪੁੱਛਿਆ ਨਹੀਂ ਬਾਈ, ਪਿਛਲੀ ਵੀਡੀਓ 64 ਇੰਚ ਕੱਦ ਕਰ ਗਿਆ? 64+ ਆ ਜੀ, 64 ਤੋਂ ਪਲੱਸ ਹੋ ਗਿਆ, 64 ਤੋਂ ਪਲੱਸ ਕੱਦ ਕਰ ਗਿਆ ਘੋੜਾ। ਅਤੇ ਜੇ ਕਿਸੇ ਵੀ ਬੰਦੇ ਨੇ ਮੀਟਿੰਗ ਫੀਸ ਬਾਈ ਹੋਣਾ ਨੇ ਰੱਖੀ ਆ 11,000 ਰੁਪਈਆ, ਜੇ ਕਿਸੇ ਵੀ ਸੱਜਣ ਨੇ ਘੋੜੀ ਮੀਟ ਕਰਾਉਣੀ ਹੋਈ ਤਾਂ ਵੀ SP ਸਾਹਿਬ ਹੋਣਾ ਨਾਲ ਸੰਪਰਕ ਕਰ ਲਿਓ, ਅਤੇ ਜੇ ਕਿਤੇ ਚਾਲ ਕਰਾਉਣੀ ਹੋਈ ਤਾਂ ਸਾਡੇ ਬਾਈ ਗੁਰਜੀਤ ਨਾਲ ਫੋਨ ਕਰ, ਗੁਰਜੀਤ ਬਾਈ ਨੂੰ ਫੋਨ ਕਰ ਲਿਓ। ਜਿਉਂਦੇ ਵਸਦੇ ਰਹੋ, ਕਿਹੋ ਜਿਹੀ ਲੱਗੀ ਵੀਡੀਓ, ਕਿਹੋ ਜਿਹੀ ਜਾਣਕਾਰੀ ਲੱਗੀ, ਵਾਕਿਆ ਕੋਈ ਕੰਮ ਦੀ ਗੱਲ ਹੈ ਤਾਂ ਸ਼ੇਅਰ ਕਰ ਦਿਓ, ਕਿਸੇ ਦੇ ਹੋਰ ਕੰਮ ਆਜੂ। ਜਿਉਂਦੇ ਵਸਦੇ ਰਹੋ, ਬਹੁਤ ਬਹੁਤ ਧੰਨਵਾਦ।